कुड़ी अग ला रखी, लंबू ला रखे सर इन्होंने, इन्होंने लंबू ला रखा तो सर मैं बयान लगा जी इन्होंने, असी तीन चार मुंडे है बयान लगे सर, सानू छे छे सात सात जने फड़ लिया जी इन्होंने, इन्होंने मैं पिंड दे जानदा जी कि मैनू फड़िया जी। ਹੁਣ ਮੈਨੂੰ ਫੋਨ ਕਰਿਆ ਕਹਿੰਦੇ ਦਾਗ ਲਾਉਣ ਪਿੰਡ 'ਚ, ਮੈਨੂੰ ਫੋਨ ਕਰਿਆ ਇਹਨਾਂ ਨੇ ਵੀ ਨਹੀਂ ਕਰਿਆ, ਕਹਿੰਦਾ ਤੇਰੀ ਧੀ ਨੂੰ ਦਾਗ ਲਾਉਣ ਨੂੰ ਚੱਲਿਆ, ਮੈਂ ਧੀ ਮੇਰੀ ਤੜਕੇ ਗੱਲ ਮੇਰੇ ਨਾਲ ਕਰੀ ਸੁਬਾਹ ਸਵਾ, ਆਹ ਤੇ ਅਸੀਂ ਤਿੰਨੇ ਭੱਜ ਕੇ ਆਏ ਹਾਂ, ਸਾਡੇ ਅਸੀਂ ਅੱਗ ਬੁਝਾਈ, ਅਸੀਂ ਪਾਣੀ ਡੋਲਿਆ ਫਿਰ ਆ ਕੇ ਦਵਾ ਦਾ ਭੱਜ ਕੇ ਆ ਕੇ ਭੈਣ ਆ ਸਰ ਮੇਰੀ ਇਹ, ਕਦੋਂ ਸਰ ਮੈਂ ਉਰੇ ਆਇਆ ਜੀ, ਕੁੜੀ ਨੂੰ ਅੱਗ ਲਾ ਰੱਖੀ, ਲੰਬੂ ਲਾ ਰੱਖੇ ਸਰ ਇਹਨਾਂ ਨੇ, ਇਹਨਾਂ ਨੇ ਲੰਬੂ ਲਾ ਰੱਖਾ ਤਾਂ ਸਰ ਮੈਂ ਬਿਜਾਨ ਲੱਗਾ ਜੀ ਇਹਨਾਂ ਨੇ, ਅਸੀਂ ਤਿੰਨ ਚਾਰ ਮੁੰਡੇ ਹੈਗੇ ਬਿਜਾਨ ਲੱਗੇ ਸਰ, ਸਾਨੂੰ ਛੇ ਛੇ ਸੱਤ ਸੱਤ ਜਣਿਆਂ ਨੂੰ ਫੜ ਲਿਆ ਜੀ ਇਹਨਾਂ ਨੂੰ, ਇਹਨਾਂ ਨੇ ਮੈਂ ਪਿੰਡ ਦੇ ਜਾਣਦਾ ਜੀ ਕਿਹਨਾਂ ਨੇ ਮੈਨੂੰ ਫੜਿਆ ਜੀ, ਉਹਨਾਂ ਦੀ ਸ਼ਕਲਾਂ ਮੇਰੇ ਹੈਗੀਆਂ ਨਿਗਾਹ ਥੱਲੇ ਸਰ, ਕੁੜੀ ਵਿਆਹੀ ਹੋਈ ਸੀ ਸਰ, ਉਹਦੇ ਡੇਢ ਸਾਲ ਹੀ ਹੋਇਆ ਸਰ ਹਲੇ, ਡੇਢ ਕੁ ਸਾਲ, ਹਾਂਜੀ ਸਰ ਕੁੜੀ ਨੂੰ ਮਾਰਿਆ ਗਿਆ ਸਰ, ਸਰ ਜੀ ਰਾਤ ਮਤਲਬ ਵੀ ਕਦੋਂ ਰਾਤ ਦੀ ਕਹਿੰਦੇ ਕੁੜੀ ਮਰੀ ਹੋਈ ਆ ਤੁਹਾਡੀ, ਸਾਨੂੰ ਇਹਨਾਂ ਨੇ ਦੱਸਿਆ ਸਰ 4 ਵਜੇ ਵੀ ਤੁਹਾਡੀ ਕੁੜੀ ਪੂਰੀ ਹੋ ਗਈ ਸਰ, ਮੈਂ ਸੰਗਰੂਰ ਤੋਂ ਘੰਟੇ ਤੱਕ ਉਰੇ ਆ ਗਿਆ 5 ਵਜੇ ਸਰ, ਮੈਂ ਉਹਨਾਂ ਦੇ ਘਰੇ ਗਿਆ, ਉਹਨਾਂ ਦੇ ਘਰ ਦੇ ਕਹਿੰਦੇ ਹੋਸਪਿਟਲ 'ਚ ਆ, ਕੁੜੀਆਂ ਸੀ ਉਹਨਾਂ ਦੇ, ਕਹਿੰਦੇ ਹੋਸਪਿਟਲ 'ਚ ਆ, ਮੈਂ ਉਹਨਾਂ ਦੀ ਪਿੱਛੋਂ ਆਵਾਜ਼ ਸੁਣ ਲਈ, ਕਹਿੰਦਾ ਇਹਨੂੰ ਕਿਵੇਂ ਦੱਸੀਏ ਹੁਣ, ਅਸੀਂ ਉਹਨਾਂ ਨੇ ਸੱਚ ਨਹੀਂ ਦੱਸਿਆ, ਚੱਲ ਸਾਨੂੰ ਐਂ ਦੱਸਿਆ ਨਹੀਂ, ਅਸੀਂ ਪਿੰਡ ਦੇ ਵਿੱਚ ਗਲੀ ਦੇ ਵਿੱਚ ਉਹਨਾਂ ਨੂੰ ਪੁੱਛਿਆ ਵੀ ਕੀ ਗੱਲਬਾਤ ਹੋਈ ਆ, ਹੋਸਪਿਟਲ ਗਏ ਨੇ ਕਿੱਥੇ, ਕਹਿੰਦੇ ਕੁੜੀ ਨੂੰ ਸੰਸਕਾਰ ਕਰਨ ਲੈ ਕੇ ਗਏ ਨੇ, ਕਦੋਂ ਲੱਭ ਲੁੱਭ ਕੇ ਸਰ ਉਰੇ ਆਏ ਹਾਂ ਅਸੀਂ, ਕੁੜੀ ਨੂੰ ਲੰਬੂ ਲਾ ਰੱਖੇ ਸਰ ਇਹਨਾਂ, ਕਦੋਂ ਅਸੀਂ ਇਹਨਾਂ ਨੂੰ ਲੰਬੂ ਬੁਝਾਉਣ ਲੱਗੇ ਜੀ ਪਾਣੀ ਨਾਲ ਜੀ, ਕਦੋਂ ਬੁਝਾਉਣ ਲੱਗੇ ਅੱਗ ਨੂੰ ਸਰ, ਸਾਨੂੰ ਛੇ ਛੇ ਪੰਜ ਪੰਜ ਜਣਿਆਂ ਨੇ ਫੜ ਲਿਆ ਸਾਰਿਆਂ ਨੂੰ ਸਰ, ਕਿੱਥੇ ਰਹਿਣ ਵਾਲਾ ਪਰਿਵਾਰ ਕਿੱਥੇ ਗਿਆ, ਇਹ ਲੋਹਰਾ ਗੇਟ ਸਰ, ਹਾਂਜੀ ਸਰ, ਮੰਗ ਸਰ ਸਾਨੂੰ ਇਨਸਾਫ ਹੀ ਚਾਹੀਦਾ, ਹੋਰ ਤਾਂ ਕੀ ਮੰਗ ਕਰਨੀ ਹੈ ਸਰ, ਤੁਹਾਨੂੰ ਨਹੀਂ ਭੈਣਾਂ ਦਾ ਸਰ ਮੇਰੀਆਂ 4 ਨੇ ਜੀ, ਹਾਂਜੀ ਸਰ, ਇਹ ਹੋਣੀ ਵਿਆਹੀ ਹੈ ਜੀ, ਥੋੜ੍ਹੀ ਛੋਟੀ ਮੇਰੇ ਤੋਂ ਵੱਡੀ ਹੈ ਜੀ, ਹਾਂਜੀ ਸਰ, ਸਾਲ ਪਰਮਜੀਤ ਕੋਲ ਹੈ ਸਰ, ਅੱਜ 6:15 ਕਰੀਬ ਇੱਕ ਛਿੰਦਰਪਾਲ ਲੇਡੀ ਵੱਲੋਂ ਕੰਪਲੇਂਟ 112 ਦੇ ਕੀਤੀ ਸੀ ਪੁਲਿਸ ਕੰਟਰੋਲ ਰੂਮ 'ਤੇ, ਵੀ ਇੱਕ ਲਾਹੌਰਾਂ ਆਪਣੇ ਬਾਜੀਗਰ ਬਸਤੀ ਤੋਂ ਕੋਈ ਲੇਡੀ ਪਰਮਜੀਤ ਕੌਰ ਹੈ, ਜਿਹੜੀ ਕਿ ਪਿੱਛੇ ਸੰਗਰੂਰ ਦੀ ਰਹਿਣ ਵਾਲੀ ਸੀ, ਇੱਥੇ ਵਿਆਹੀ ਹੋਈ ਸੀ 2 ਸਾਲ ਪਹਿਲਾਂ, ਵੀ ਉਹਦੀ ਧੱਕੇ ਨਾਲ ਜਿਹੜੇ ਆਪਣੇ ਸਹੁਰਾ ਪਰਿਵਾਰ ਵਾਲੇ ਉਹਦੀ ਤੇ ਇਹਨੂੰ ਅੱਗ ਲਾ ਰਹੇ ਨੇ, ਵੀ ਜਾ ਕੇ ਜਲਦੀ ਉਹਨੂੰ ਰੋਕੋ, ਅਸੀਂ ਪੁਲਿਸ ਪਾਰਟੀ ਨਾਲ ਸਮੇਤ ਐਸ ਐਸ ਸਾਹਿਬ ਆਪਣੀ ਪੁਲਿਸ ਪਾਰਟੀ ਨਾਲ ਅਸੀਂ ਮੌਕੇ 'ਤੇ ਪਹੁੰਚੇ, ਅਸੀਂ ਆ ਕੇ ਦੇਖਿਆ ਜੀ ਇੱਥੇ ਸਭਾ ਜਲ ਰਿਹਾ ਸੀ, ਸਾਡੇ ਮੁਲਾਜ਼ਮਾਂ ਨੇ ਆਪਣੇ ਅਤੇ ਪਰਿਵਾਰ ਵਾਲਿਆਂ ਨੇ ਬੜੀ ਮੁਸ਼ਕਤ ਕਰਕੇ ਜਿਹੜਾ ਇਹਨੂੰ ਅੱਗ 'ਤੇ ਕਾਬੂ ਪਾਇਆ, ਸੇਵਾ ਰੋਕਿਆ, ਅਤੇ ਹੁਣ ਬਾਕੀ ਅੱਗੇ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਜੀ, ਇਹਦੀ ਐਸ ਐਸ ਸਾਹਿਬ ਵੀ ਟੀਮ ਲੈ ਕੇ ਗਏ ਨੇ ਜੀ ਉਹਨਾਂ ਦੇ ਪਰਿਵਾਰ ਦੂਜੇ ਰੇਡ ਕਰਨ ਵਾਸਤੇ, ਬਾਕੀ ਜਿਵੇਂ ਬਿਆਨ ਹੋਣਗੇ ਜੀ ਇਨਵੈਸਟੀਗੇਸ਼ਨ ਕਰਕੇ ਉਸ ਉਦੋਂ ਹੀ ਕਾਰਵਾਈ ਕੀਤੀ ਜਾਵੇਗੀ।